ਹੋਰ ਵੱਡੀ ਖਬਰ ਦਾ ਰੁਕ ਕਰਾਂਗੇ। ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਚਿੰਤਾ ਜ਼ਾਹਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਲਾਂਘੇ ਦੇ ਕੰਮ 'ਚ ਦੇਰੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੋਵੇਗਾ। ਸੋ ਕਰਤਾਰਪੁਰ ਲਾਂਘੇ 'ਤੇ ਹੁਣ ਸਿਆਸਤ ਵੀ ਹੋ ਰਹੀ ਹੈ। ਕਿਹਾ ਜਾ ਰਿਹਾ ਕਿ ਪਾਕਿਸਤਾਨ ਵੱਲੋਂ ਕੰਮ ਥੋੜ੍ਹਾ ਜਿਹਾ ਲਟਕਾ ਦਿੱਤਾ ਗਿਆ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਾਹਮਣੇ ਆਇਆ। ਸੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਂਘੇ ਦੇ ਕੰਮ 'ਚ ਦੇਰੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਹੈ। ਸਿੱਖਾਂ ਨੇ ਖੁੱਲ੍ਹੇ ਦਰਸ਼ਨਾਂ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ। ਸੋ ਪਾਕਿਸਤਾਨ ਨੂੰ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਕਰਤਾਰਪੁਰ ਲਾਂਘੇ ਨੂੰ ਲੈ ਕੇ ਇਹ ਇੱਕ ਵੱਡੀ ਖਬਰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ, ਲਾਂਘੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਕੰਮ 'ਚ ਦੇਰੀ ਨਹੀਂ ਕਰਨੀ ਚਾਹੀਦੀ ਔਰ ਇਹ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੋਵੇਗਾ। ਉਹ ਇਹ ਵੀ ਕਹਿ ਰਹੇ ਨੇ ਕਿ ਸਿੱਖਾਂ ਨੇ ਲੰਬੇ ਸਮੇਂ ਤੋਂ ਖੁੱਲ੍ਹੇ ਦਰਸ਼ਨਾਂ ਲਈ ਇੰਤਜ਼ਾਰ ਕੀਤਾ ਹੈ ਅਤੇ ਪਾਕਿਸਤਾਨ ਨੂੰ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਵੱਡੀ ਖਬਰ ਲਗਾਤਾਰ ਤੁਹਾਨੂੰ ਦੱਸ ਰਿਹਾ, ਕਰਤਾਰਪੁਰ ਲਾਂਘੇ ਨੂੰ ਲੈ ਕੇ ਹੁਣ ਸਿਆਸਤ ਵੀ ਹੁੰਦੀ ਨਜ਼ਰ ਆ ਰਹੀ ਹੈ। ਕਿਹਾ ਜਾ ਰਿਹਾ ਕਿ ਪਾਕਿਸਤਾਨ ਵੱਲੋਂ ਕੰਮ 'ਚ ਦੇਰੀ ਕੀਤੀ ਗਈ ਹੈ ਜਾਂ ਲਟਕਾ ਦਿੱਤਾ ਗਿਆ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਹੈ। ਮੁੱਖ ਮੰਤਰੀ ਸਿੱਧੇ ਤੌਰ 'ਤੇ ਕਹਿ ਰਹੇ ਨੇ ਕਿ ਪਾਕਿਸਤਾਨ ਨੂੰ ਦੇਰੀ ਨਹੀਂ ਕਰਨੀ ਚਾਹੀਦੀ, ਪਾਕਿਸਤਾਨ ਨੂੰ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਸੋ ਬਿਲਕੁਲ, ਪਾਕਿਸਤਾਨ ਨੂੰ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਵੱਡੀ ਖਬਰ ਕਰਤਾਰਪੁਰ ਲਾਂਘੇ ਨਾਲ ਜੁੜੀ, ਕਿਉਂਕਿ 2 ਮਹੀਨੇ ਰਹਿ ਗਏ, ਅਗਸਤ ਦਾ ਮਹੀਨਾ ਹੋ ਗਿਆ, ਸਤੰਬਰ ਅਕਤੂਬਰ, ਔਰ ਕਿਹਾ ਜਾ ਰਿਹਾ ਕਿ ਨਵੰਬਰ ਦੇ ਵਿੱਚ ਲਾਂਘਾ ਖੁੱਲ੍ਹ ਜਾਏਗਾ। ਪਰ ਕਸ਼ਮੀਰ 'ਚੋਂ ਤਾਰਾ 370 ਹਟਾਉਣ ਤੋਂ ਬਾਅਦ ਲਾਂਘੇ 'ਤੇ ਵੀ ਸਵਾਲ ਲਗਾਤਾਰ ਉੱਠ ਰਹੇ ਨੇ ਔਰ ਇਸੇ ਵਿਚਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਬਿਆਨ ਕਿ ਪਾਕਿਸਤਾਨ ਵੱਲੋਂ ਕੰਮ 'ਚ ਦੇਰੀ ਕੀਤੀ ਜਾ ਰਹੀ ਹੈ ਅਤੇ ਕੰਮ ਨੂੰ ਲਟਕਾਉਣਾ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੋਵੇਗਾ, ਖੁੱਲ੍ਹੇ ਦਰਸ਼ਨਾਂ ਲਈ ਲੰਬੇ ਸਮੇਂ ਤੋਂ ਸਿੱਖ ਇੰਤਜ਼ਾਰ ਕਰਦੇ ਰਹੇ ਨੇ। ਸੋ ਸਿੱਧਾ ਡੇਰਾ ਬਾਬਾ ਨਾਨਕ ਦਾ ਰੁਖ ਕਰਾਂਗੇ। ਸਾਡੇ ਪੱਤਰਕਾਰ ਭੋਪਾਲ ਸਿੰਘ ਲਾਈਵ ਸਾਡੇ ਨਾਲ ਜੁੜ ਚੁੱਕੇ ਨੇ। ਭੋਪਾਲ, ਮੁੱਖ ਮੰਤਰੀ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ ਹੈ ਕਿ ਸ਼ਾਇਦ ਪਾਕਿਸਤਾਨ ਕੰਮ 'ਚ ਦੇਰੀ ਕਰ ਰਿਹਾ। ਮੈਂ ਸਮਝਣਾ ਚਾਹਾਂਗਾ ਗਰਾਊਂਡ ਰਿਐਲਿਟੀ ਆਖਿਰਕਾਰ ਕੀ ਕੁਛ ਹੈ ਅਤੇ ਚਿੰਤਾ ਜ਼ਾਹਰ ਕਰਨਾ ਕਿੰਨਾ ਕੁ ਠੀਕ ਹੈ। ਸੱਤਰ ਧਾਰਾ ਲਾਗੂ ਹੋਣ ਤੋਂ ਬਾਅਦ ਕਰਤਾਰਪੁਰ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਨੀ ਤਾਂ ਇੱਕ ਬਹੁਤ ਹੀ ਅਹਿਮ ਮੁੱਦਾ ਬਣ ਚੁੱਕਾ ਹੈ, ਕਿਉਂਕਿ ਪਾਕਿਸਤਾਨ ਦੇ ਵੱਲੋਂ ਜਿੰਨੇ ਵਪਾਰਕ ਸੰਬੰਧ ਸਨ ਉਹ ਤੋੜ ਦਿੱਤੇ ਗਏ ਨੇ ਅਤੇ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਇਹ 370 ਦੀ ਕਾਗਜ਼ੀ ਛਾਇਆ ਜਿਹੜੀ ਸੀ ਉਹ ਕਰਤਾਰਪੁਰ ਸਾਹਿਬ ਦੇ ਕੋਰੀਡੋਰ 'ਤੇ ਵੀ ਮੰਡਰਾਂਦੀ ਦਿਖਾਈ ਦੇ ਰਹੀ ਸੀ, ਜਿਸ ਨੂੰ ਲੈ ਕੇ ਸਾਰੇ ਲੋਕਾਂ ਦੇ ਵਿੱਚ ਚਿੰਤਾਵਾਂ ਸਨ, ਕਿਉਂਕਿ ਆਜ਼ਾਦੀ ਤੋਂ ਬਾਅਦ ਤਕਰੀਬਨ ਹੁਣ ਤੱਕ ਜਿਹੜੇ ਸਿੱਖ ਸ਼ਰਧਾਲੂ ਨੇ ਉਹ ਪਾਕਿਸਤਾਨ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨੇ ਦਿਦਾਰੇ ਦੀਆਂ ਅਰਦਾਸਾਂ ਕਰਦੇ ਰਹੇ ਨੇ। ਰੋਜ਼ਾਨਾ ਹੀ ਗੁਰਦੁਆਰੇ ਦੇ ਵਿੱਚ ਜਿਹੜੀ ਅਰਦਾਸ ਹੁੰਦੀ ਹੈ ਉਸ ਦੇ ਵਿੱਚ ਵੀ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਪਾਕਿਸਤਾਨ ਧਨ ਦੇ ਨਾਲ ਵਿਛੜੇ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਦਿਦਾਰਿਆਂ ਦਾ ਖੁੱਲ੍ਹਾ ਜਿਹੜਾ ਸਮਾਂ ਉਹ ਬਖਸ਼ਿਆ ਜਾਵੇ। ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ, ਗੁਰੂ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ ਅਤੇ ਹੁਣ 370 ਦੇ ਧਾਰਾ ਦੇ ਚੱਲਦਿਆਂ ਕਿਤੇ ਨਾ ਕਿਤੇ ਉਹ ਕਾਲੀ ਛਾਇਆ ਜਿਹੜੀ ਸੀ ਉਹ ਮੰਡਰਾਂਦੀ ਦਿਖਾਈ ਦੇ ਰਹੀ ਸੀ। ਪਰ ਜਿਹੜਾ CM ਦੇ ਵੱਲੋਂ ਪੰਜਾਬ ਦੇ CM ਵੱਲੋਂ ਜਿਹੜੇ ਚਿੰਤਾ ਜ਼ਾਹਿਰ ਕੀਤੀ ਗਈ ਹੈ, ਪਾਕਿਸਤਾਨ ਨੂੰ ਕਿਹਾ ਗਿਆ ਕਿ ਇਸ ਨੂੰ ਲੈ ਕੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੋਈ ਐਸਾ ਵਿਘਨ ਨਹੀਂ ਪੈਣਾ ਚਾਹੀਦਾ, ਕੰਮ ਦੇ ਵਿੱਚ ਤੇਜ਼ੀ ਆਉਣੀ ਚਾਹੀਦੀ ਹੈ, ਕਿਉਂਕਿ ਸਮਾਂ ਬਹੁਤ ਘੱਟ ਹੈ। ਅਗਰ ਕੰਮ ਦੇ ਵਿੱਚ ਸਲੋਅ
ਰਹਿੰਦਾ ਹੈ, ਕੰਮ ਆਸਾਨ ਨਹੀਂ ਹੋਵੇਗਾ ਛੇਤੀ ਉਹਨੂੰ ਬਣਾ ਕੇ ਤਿਆਰ ਕਰਨਾ, ਕਿਉਂਕਿ 2 ਜਾਂ 3 ਮਹੀਨੇ ਦਾ ਹੀ ਸਮਾਂ ਰਹਿ ਗਿਆ ਹੈ। ਤਾਂ ਕਿਤੇ ਨਾ ਕਿਤੇ ਚਿੰਤਾ ਜ਼ਾਹਿਰ ਕਰਨੀ ਵੀ ਵਾਜਿਬ ਹੈ, ਕਿਉਂਕਿ ਕਰਤਾਰਪੁਰ ਕੋਰੀਡੋਰ ਇੱਕ ਧਾਰਮਿਕ ਮੁੱਦਾ ਹੈ, ਧਾਰਮਿਕ ਸਥਲ ਬਣ ਜਾ ਰਿਹਾ, ਧਾਰਮਿਕ ਰਸਤਾ ਬਣ ਜਾ ਰਿਹਾ। ਮੈਂ ਸਮਝ ਨਹੀਂ ਚਾਹ ਰਿਹਾ ਭੋਪਾਲ, ਔਰ ਇਹ ਦਰਸ਼ਕ ਵੀ ਸਮਝਣਾ ਚਾਹ ਰਹੇ ਨੇ ਕਿ ਪਾਕਿਸਤਾਨ ਵੱਲੋਂ ਕੰਮ 'ਚ ਦੇਰੀ ਹੋ ਰਹੀ ਹੈ, ਜੋ ਆਪਾਂ ਕਈ ਵਾਰੀ ਚਰਚਾ ਕਰ ਚੁੱਕੇ ਹਾਂ ਕਿ ਪਾਕਿਸਤਾਨ ਵਾਲੇ ਪਾਸੇ ਕੰਮ ਤੇਜ਼ੀ ਨਾਲ ਚੱਲ ਰਿਹਾ ਅਤੇ ਇੱਧਰ ਵਾਲੇ ਪਾਸੇ ਜਿਹੜਾ ਹੈਗਾ ਕੰਮ ਹਲਕਾ ਹੈ, ਪਰ ਮੁੱਖ ਮੰਤਰੀ ਦਾ ਚਿੰਤਾ ਜ਼ਾਹਰ ਕਰਕੇ ਇਹ ਕਹਿਣਾ ਕਿ ਪਾਕਿਸਤਾਨ ਦੇਰੀ ਕਰੇਗਾ ਅਤੇ ਉਹ ਠੀਕ ਨਹੀਂ ਹੋਏਗਾ, ਮਤਲਬ ਵਾਕਈ ਦੇਰੀ ਹੈ ਜਾਂ ਉੱਥੇ ਕੰਮ ਚੱਲ ਰਿਹਾ? ਨਵਨੀਤ, ਅਗਰ ਗੱਲ ਕੀਤੀ ਜਾਵੇ ਡੇਰਾ ਬਾਬਾ ਨਾਨਕ ਸਰਹੱਦ ਦੇ ਉੱਪਰ ਖੜ ਕੇ ਦੇਖਣ ਤੋਂ ਅਤੇ ਜਿਹੜੀ ਦੂਰਬੀਨ ਉੱਥੇ ਲੱਗੀ ਹੋਈ ਹੈ ਉਹਦੇ ਜ਼ਰੀਏ ਜਦ ਦੇਖਿਆ ਜਾਵੇ ਤਾਂ ਕੰਮ ਉੱਧਰ ਪੂਰੀ ਤੇਜ਼ੀ ਨਾਲ ਚੱਲਦਾ ਦਿਖਾਈ ਦੇ ਰਿਹਾ ਹੈ। ਸਰਹੱਦ ਦੇ ਉੱਤੇ ਖੜ ਕੇ ਡੇਰਾ ਬਾਬਾ ਨਾਨਕ ਤੋਂ ਵੀ ਆਸਾਨੀ ਨਾਲ ਅੱਖਾਂ ਦੇ ਰਸਤੇ ਹੀ ਦੇਖਿਆ ਜਾ ਸਕਦਾ ਕਿ ਉੱਧਰ ਕੰਮ ਚੱਲ ਰਿਹਾ ਹੈ, ਪਰ ਇਹ ਗੱਲ ਕਹਿਣੀ ਕਿ ਕੰਮ ਸਲੋਹ ਚੱਲ ਰਿਹਾ ਹੈ ਇਹਦਾ ਸਮਝ ਨਹੀਂ ਆਉਂਦੀ, ਕਿਉਂਕਿ ਪਾਕਿਸਤਾਨ ਨੇ ਕੋਈ ਵੀ ਉਹਦੇ ਉੱਤੇ ਟਿੱਪਣੀ ਨਹੀਂ ਕੀਤੀ। ਉਹਨਾਂ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਦਾ ਰਸਤਾ ਬਣਨ ਜਾ ਰਿਹਾ ਉਹਦੇ ਵਿੱਚ ਕੋਈ ਵੀ ਵਿਘਨ ਨਹੀਂ ਆਏਗਾ, 370 ਨੂੰ ਲੈ ਕੇ ਉਹਨਾਂ ਨੇ ਬਿਆਨ ਵੀ ਦੇ ਦਿੱਤਾ ਹੈ। ਪਰ ਇੱਧਰੋਂ ਜਦੋਂ ਮੀਆਂ ਵੱਲੋਂ ਇਹ ਗੱਲ ਕਹੀ ਜਾਣੀ ਹੈ ਇਹ ਵੀ ਗੱਲ ਸਮਝ ਆਉਂਦੀ ਵੀ ਕਿਉਂ ਕਹੀ ਜਾ ਰਹੀ ਹੈ, ਕਿਉਂਕਿ ਪਾਕਿਸਤਾਨ ਤਾਂ ਖੁਦ ਕਹਿ ਰਿਹਾ ਕਿ ਸਾਡਾ ਕੰਮ ਇੱਧਰ ਤੇਜ਼ੀ ਨਾਲ ਚੱਲ ਰਿਹਾ, ਉਸਨੇ ਇਹ ਵੀ ਕਹਿ ਦਿੱਤਾ ਕਿ 90% ਅਸੀਂ ਕੰਮ ਕੰਪਲੀਟ ਕਰ ਲਿਆ। ਤਾਂ ਨਵਨੀਤ, ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਨਾਲ ਜਿੱਥੇ ਸਿੱਖ ਸ਼ਰਧਾਲੂਆਂ ਨੂੰ ਇਹਦਾ ਫਾਇਦਾ ਪਹੁੰਚੇਗਾ, ਸਭ ਤੋਂ ਅਹਿਮ ਫਾਇਦਾ ਜੇ ਦੇਖਿਆ ਜਾਵੇ ਇਕਨੋਮੀਕਲ ਤੌਰ 'ਤੇ ਤਾਂ ਪਾਕਿਸਤਾਨ ਨੂੰ ਇਸਦਾ ਪਹੁੰਚੇਗਾ, ਕਿਉਂਕਿ ਜਿੰਨੇ ਵੀ ਸ਼ਰਧਾਲੂ ਪਹੁੰਚਣਗੇ ਉੱਥੇ ਪਹੁੰਚਣਗੇ ਪਾਕਿਸਤਾਨ ਦੇ ਵਿੱਚ ਅਤੇ ਉੱਥੇ ਹੀ ਸਾਰੀ ਇਕਨੋਮਿਕ ਪਾਵਰ ਵੀ ਜਿਹੜੀ ਆ ਪਾਕਿਸਤਾਨ ਨੂੰ ਮਿਲੇਗੀ, ਫਾਇਦਾ ਵੀ। ਬੜਾ ਬੜਾ ਸਹੀ ਤੁਸੀਂ ਗੱਲ ਕਹਿ ਰਹੇ ਹੋ ਭੋਪਾਲ, ਕਿਉਂਕਿ ਜਿਹੜਾ ਰਿਲੀਜੀਅਸ ਟੂਰਿਜ਼ਮ ਦੀ ਅਸੀਂ ਵਾਰ ਵਾਰ ਗੱਲ ਕਰ ਰਹੇ ਹਾਂ ਕਿ ਜਿਹੜਾ ਧਾਰਮਿਕ ਸੈਰ ਸਪਾਟਾ ਹੈਗਾ ਉਹਦੀ ਲੋੜ ਪਾਕਿਸਤਾਨ ਨੂੰ ਹੈ, ਕਿਉਂਕਿ ਇਕਨੋਮਿਕਲ ਕ੍ਰਾਈਸਿਸ ਦੇ ਵਿੱਚ ਇਸ ਵੇਲੇ ਪਾਕਿਸਤਾਨ ਹੈਗਾ। ਸੋ ਲਾਂਘਾ ਖੁੱਲ੍ਹਣ ਤੋਂ ਜੇ ਫਾਇਦਾ ਸਭ ਤੋਂ ਜ਼ਿਆਦਾ ਕਿਸੇ ਨੂੰ, ਜਾਂ ਕਹੀਏ ਕਿ ਫਾਇਦਾ ਹੀ ਜੇ ਕਿਸੇ ਨੂੰ ਹੈ ਤਾਂ 2 ਲੋਕਾਂ ਨੂੰ ਹੈ। ਇੱਕ ਤਾਂ ਸਿੱਖ ਸੰਗਤਾਂ ਨੂੰ, ਚੁੱਕੇ ਉਹਨਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਮਿਲਣਗੇ ਅਤੇ ਇਕਨੋਮਿਕਲੀ ਫਾਇਦਾ ਪਾਕਿਸਤਾਨ ਨੂੰ ਹੈ। ਅਜਿਹੇ ਵਿੱਚ ਤੁਹਾਨੂੰ ਲੱਗਦਾ ਕਿ ਧਾਰਾ 370 ਹਟਾਉਣ ਤੋਂ ਬਾਅਦ ਕੰਮ 'ਚ ਦੇਰੀ ਜਾਂ ਉਹਦਾ ਅਸਰ ਕਰਤਾਰਪੁਰ ਸਾਹਿਬ ਲਾਂਘੇ 'ਤੇ ਪੈਂਦਾ ਨਜ਼ਰ ਆ ਰਿਹਾ? ਤੁਸੀਂ ਤਾਂ ਰੋਕੀ ਰੋਜ਼ ਉੱਥੇ ਜਾ ਕੇ ਤਸਵੀਰਾਂ ਵੇਖਦੇ ਹੋ, ਸਾਰਾ ਹਾਲਾਤ ਵੇਖਦੇ ਹੋ, ਕੰਮ ਕਿੰਨਾ ਕੁ ਚੱਲ ਰਿਹਾ, ਸੋ ਕੀ ਉਹਦਾ ਅਸਰ ਨਜ਼ਰ ਆ ਰਿਹਾ? ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 370 ਧਾਰਾ ਦਾ ਕਿਤੇ ਨਾ ਕਿਤੇ ਅਸਰ ਜ਼ਰੂਰ ਦਿਖਾਈ ਦਿੱਤਾ ਹੈ। ਪਾਕਿਸਤਾਨ ਦੇ ਵੱਲੋਂ ਵਪਾਰਕ ਸੰਬੰਧ ਤੋੜ ਦਿੱਤੇ ਗਏ ਨੇ, ਹਾਈ ਕਮਿਸ਼ਨਰ ਨੂੰ ਵਾਪਸ ਬੁਲਾ ਲਿਆ ਗਿਆ ਹੈ, ਤਾਂ ਉਸ ਤੋਂ ਲੈ ਕੇ ਜਿਹੜਾ ਇਹ ਕੰਮ ਹੈਗਾ ਕਰਤਾਰਪੁਰ ਕੋਰੀਡੋਰ ਦਾ ਉਸ 'ਤੇ ਵੀ ਲੱਗਦਾ ਸੀ ਕਿ ਕਿਤੇ ਨਾ ਕਿਤੇ ਵਿਘਨ ਜ਼ਰੂਰ ਪਏਗਾ, ਪਰ ਪਾਕਿਸਤਾਨ ਨੇ ਜਲਦ ਹੀ ਆਪਣਾ ਬਿਆਨ ਦਿੱਤਾ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਉੱਤੇ ਕੋਈ ਵੀ ਇਸਦਾ ਅਸਰ ਨਹੀਂ ਦਿਖਾਈ ਦੇਵੇਗਾ, ਨਿਰਵਿਘਨ ਉਹਦਾ ਕੰਮ ਚੱਲਦਾ ਦਿਖਾਈ ਦੇਵੇਗਾ। ਅਤੇ ਭਾਰਤ ਵਾਲੇ ਪਾਸੇ ਵੀ ਨਿਰਵਿਘਨ ਕੰਮ ਚੱਲਦਾ ਦਿਖਾਈ ਦੇ ਰਿਹਾ ਹੈ। ਤਰੀਕ ਲਾਸਟ ਜਿਹੜੀ ਉਹ 30 ਅਕਤੂਬਰ ਦੀ ਹੈ ਇਸ ਨੂੰ ਤਿਆਰ ਕਰਨ ਦੀ, 5 ਨਵੰਬਰ ਤੱਕ ਕੰਪਲੀਟ ਕੀਤਾ ਜਾਵੇਗਾ ਤਾਂ 8 ਨਵੰਬਰ ਨੂੰ ਪਹਿਲਾ ਜਥਾ ਭੇਜਿਆ ਜਾਵੇਗਾ। ਤਾਂ ਹੁਣ ਅਗਰ ਇਸ ਦੇ ਵਿੱਚ ਵਿਘਨ ਪੈਂਦਾ ਤਾਂ ਕਿਤੇ ਨਾ ਕਿਤੇ ਉਹਨਾਂ ਸਿੱਖ ਸ਼ਰਧਾਲੂਆਂ ਦੇ ਮਨਾਂ ਨੂੰ ਵੀ ਠੇਸ ਪਹੁੰਚੇਗੀ, ਜਿਨ੍ਹਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਸੀਂ ਅਰਦਾਸਾਂ ਕਰਦੇ ਆਏ ਹਾਂ ਅਤੇ ਅਰਦਾਸ ਸਾਡੀ ਸੁਣੀ ਗਈ ਹੈ। ਹੁਣ ਅਗਰ ਪਾਕਿਸਤਾਨ ਇਸ ਤੋਂ ਪਿੱਛੇ ਹਟਦਾ ਹੈ ਤਾਂ ਕਿਤੇ ਨਾ ਕਿਤੇ ਪਾਕਿਸਤਾਨ ਦੇ ਉੱਤੇ ਵੀ ਸਵਾਲ ਖੜ੍ਹਾ ਹੋ ਜਾਏਗਾ, ਕਿਉਂਕਿ ਪਾਕਿਸਤਾਨ ਦੇ ਵੱਲੋਂ ਹੀ ਸਭ ਤੋਂ ਪਹਿਲਾਂ ਅਹਿਮ ਇਹਦੀ ਸ਼ੁਰੂਆਤ ਕੀਤੀ ਗਈ ਸੀ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਖੋਲ੍ਹਣ ਦਾ ਵੀ ਉਹਨਾਂ ਵੱਲੋਂ ਹੀ ਸਭ ਤੋਂ ਪਹਿਲਾਂ ਬਿਆਨ ਆਇਆ ਸੀ। ਤਾਂ ਹੁਣ ਜਦ ਦੋਨੋਂ ਸਰਕਾਰਾਂ ਇਸ ਫੈਸਲੇ ਨੂੰ ਲੈ ਕੇ ਆਪਣੇ ਕੋਰੀਡੋਰ ਖੋਲ੍ਹਣ ਜਾ ਰਹੀਆਂ ਹਨ, ਤਾਂ ਇਸ ਦੇ ਵਿੱਚ ਵਿਘਨ ਜਿਹੜਾ ਪੈਣਾ ਹੈ ਉਹ ਕਿਤੇ ਨਾ ਕਿਤੇ ਸਿੱਖ ਸੰਗਤ ਦੇ ਮਨਾਂ ਨੂੰ ਫਿਰ ਠੇਸ ਪਹੁੰਚਾਏਗਾ। ਜੀ ਧੰਨਵਾਦ ਇਸ ਸਾਰੀ ਜਾਣਕਾਰੀ ਲਈ ਭੋਪਾਲ ਸਿੰਘ ਤੋਂ। ਸਾਡੇ ਪੱਤਰਕਾਰ ਭੋਪਾਲ ਸਿੰਘ ਇਸ ਵੇਲੇ ਡੇਰਾ ਬਾਬਾ ਨਾਨਕ ਤੋਂ ਸਾਡੇ ਨਾਲ ਜੁੜੇ, ਜੋ ਜਾਣਕਾਰੀ ਦੇ ਰਹੇ ਸੀ ਕਿ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ, ਪਰ ਚਿੰਤਾ ਬਿਲਕੁਲ ਮੁੱਖ ਮੰਤਰੀ ਵੱਲੋਂ ਜਿਹੜੀ ਹੈ ਉਹ ਜ਼ਾਹਰ ਕੀਤੀ ਗਈ ਹੈ।